ਵੈਲਕਮ ਬੈਕ ਟੂ ਅ ਨਿਊ ਵਲੌਗ। ਕਿਦ ਕਰਦਾ ਤੁਸੀਂ ਖੈਰੋ ਆਫੀਅਰ ਨਾਲ ਲਾਉਣਗੇ ਤੇ ਆਪਣੀ ਆਪਣੀ ਜਗ੍ਹਾ ਤੇ ਫਿਟ ਫਾਟ ਹੋਗੇ। ਅੱਜ ਦੋਸਤੋ ਸਾਡਾ ਜੇ ਪਲਾਨ ਸੀਗਾ ਕਿ ਅਸੀਂ ਬਾਹਰ ਨਿਕਲੀਏ, ਮੌਸਮ ਵੀ ਕੁਝ ਰੋਮਾਂਟਿਕ ਟਾਈਪ ਹੈ, ਇਸ ਵਾਸਤੇ ਅਸੀਂ ਆਏ ਹਾਂ ਇੱਥੇ ਅੱਜ ਕੋਈ ਜੂਸ ਵਗੈਰਾ ਪੀਣ। ਕਾਦਰੀਆ ਜੂਸ ਪੁਆਇੰਟ ਹੈ ਸਾਡੇ ਗੰਨੀ ਹੋਸਟਲ ਦੇ ਬਿਲਕੁਲ ਫਰੰਟ ਦੇ, ਕਰਾਚੀ ਸ਼ੂਜ਼ ਦੇ ਬਿਲਕੁਲ ਫਰੰਟ ਦੇ ਹੈ ਕਾਦਰੀਆ ਜੂਸ, ਹੈ ਨਾ। ਉੱਥੋਂ ਜੂਸ ਪੀਣ ਆਏ ਹਾਂ, ਚੈੱਕ ਕਰਦੇ ਹਾਂ ਉਹਨਾਂ ਕੋਲ ਉਹਨਾਂ ਦਾ ਜੂਸ ਕਿਸ ਤਰ੍ਹਾਂ ਦਾ। ਮਿਲਕ ਸ਼ੇਕ ਹੁਣ ਇਹਦਾ ਟੇਸਟ ਚੈੱਕ ਕਰਦੇ ਹਾਂ, ਮਜ਼ੇਦਾਰ ਮਜ਼ੇਦਾਰ ਨਹੀਂ, ਆਊਟ ਕਲਾਸ ਹੈ, ਅੱਛਾ ਹੈ, ਬੜਾ ਮਜ਼ਾ ਆ ਰਿਹਾ। ਔਰ ਦੂਸਰੇ ਮਜ਼ੇ ਵਾਲੀ ਗੱਲ ਹੈ, ਦੂਸਰੇ ਦੇ ਪੈਸਿਆਂ ਦਾ ਜੂਸ ਪੀਣਾ ਉਹਦੇ ਵਿੱਚ ਡਬਲ ਮਜ਼ਾ ਆਉਂਦਾ ਹੈ। ਦੋਸਤੋ ਅਸੀਂ ਜੂਸ ਪੀ ਲਿਆ, ਆਏ ਕੁਛ ਐਨਰਜੀ ਆਈ ਹੈ ਅਤੇ ਹੁਣ ਅਸੀਂ ਬਾਕੀ ਚੀਜ਼ਾਂ ਟੇਸਟ ਕਰਦੇ ਹਾਂ, ਉਹਨਾਂ ਚੈੱਕ ਕਰਦੇ ਹਾਂ ਕਿ ਕੀ ਰਿਜ਼ਲਟ ਆਉਂਦਾ ਅਤੇ ਫਿਰ ਉਹਦੇ ਬਾਰੇ ਤੁਹਾਨੂੰ ਅਸੀਂ ਫੀਡਬੈਕ ਦਿੰਦੇ ਹਾਂ। ਰੈਡੀ ਹੋਣ ਲੱਗਾ ਸਾਡਾ ਬਰਗਰ, ਬਰਗਰ ਚੈੱਕ ਕਰਦੇ ਹਾਂ ਕਿ ਕਿਸ ਤਰ੍ਹਾਂ ਬਣਦਾ। ਪਹਿਲੇ ਤਾਂ ਦੇਖਦੇ ਨਾ ਰੈਸਪੀ ਕੀ ਹੁੰਦੀ ਹੈ, ਕਿਉਂਕਿ ਹਰ ਚੀਜ਼ ਖਾਣ ਤੋਂ ਪਹਿਲੇ ਤਾਂ ਬਣਾਉਣ ਦਾ ਤਰੀਕਾ ਲਾਜ਼ਮੀ ਹੋਣਾ ਚਾਹੀਦਾ ਹੈ। ਹੁਣ ਚੈੱਕ ਕਰਦੇ ਹਾਂ ਕਿ ਬਰਗਰ ਕਿਸ ਤਰ੍ਹਾਂ ਬਣਦਾ ਪਿਆ। ਦੇਖਣ ਨੂੰ ਤਾਂ ਬੜਾ ਸਪਾਈਸੀ ਲੱਗਦਾ ਪਿਆ, ਚਟਪਟਾ ਲੱਗਦਾ ਪਿਆ, ਹੁਣ ਖਾਵਾਂਗੇ ਤਾਂ ਪਤਾ ਚੱਲੇਗਾ। ਮੇਰੇ ਮੂੰਹ 'ਚ ਤਾਂ ਪਾਣੀ ਵੀ ਆਉਣਾ ਸਟਾਰਟ ਹੋ ਗਿਆ, ਕਿਉਂਕਿ ਬੜਾ ਚਟਪਟਾ ਹੈ, ਮਸਾਲੇਦਾਰ ਹੈ ਬਰਗਰ। ਆਏ ਹਾਏ ਮਜ਼ੇ ਹੀ ਮਜ਼ੇ ਮਜ਼ੇ। ਚਲੋ ਹੁਣ ਪਲੇਟ 'ਚ ਤਿਆਰ ਹੋ ਗਿਆ, ਪਲੇਟ 'ਚ ਤਿਆਰ ਹੋਣ ਤੋਂ ਬਾਅਦ ਹੁਣ ਚਟਨੀ ਵਗੈਰਾ ਪਾਵਾਂਗੇ, ਚਟਨੀ ਵਗੈਰਾ ਕੈਚ ਵਗੈਰਾ ਪਾ ਕੇ ਛੱਡ ਕੇ ਤਾਂ ਫਿਰ ਅਸੀਂ ਇਹਨੂੰ ਚੈੱਕ ਕਰਾਂਗੇ। ਚਲੋ ਬਈ ਦੋਸਤੋ ਸਾਡਾ ਬਰਗਰ ਹੋ ਗਿਆ ਤਿਆਰ, ਹੁਣ ਅਸੀਂ ਇਹਨੂੰ ਖਾਵਾਂਗੇ, ਖਾ ਕੇ ਫਿਰ ਚੈੱਕ ਕਰਾਂਗੇ। ਉਸ ਤੋਂ ਬਾਅਦ ਇਹਨਾਂ ਕੋਲ 3-4 ਵਰਾਇਟੀਆਂ, ਇਹਨਾਂ ਕੋਲ ਚਨਾ ਚਾਟ ਹੁੰਦੀ ਹੈ, ਉਸ ਤੋਂ ਬਾਅਦ ਦਹੀਂ ਭੱਲੇ ਹੁੰਦੇ ਆ, ਗੋਲ ਗੱਪੇ ਹੁੰਦੇ ਆ। ਨੈਕਸਟ ਰੈਸਪੀ ਦੀ ਤਰਫ ਹੁਣ ਅਸੀਂ ਬਣਾਉਣ ਲੱਗੇ ਚਨਾ ਚਾਟ। ਚਨਾ ਚਾਟ ਦੇਖਦੇ ਹਾਂ ਕਿ ਹਸਨ ਬਾਈ ਕਿਸ ਤਰ੍ਹਾਂ ਬਣਾਉਂਦੇ ਚਟਾਪਟ ਮਸਾਲੇਦਾਰ ਚਨਾ ਚਾਟ। ਓਏ ਹੋਏ ਮਿਕਸ ਕਰਦੇ ਪਏ, ਬੜਾ ਮਜ਼ਾ ਆ ਰਿਹਾ। ਓਏ 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 ਇਹਨੂੰ ਖਾਣ ਤੋਂ ਬਾਅਦ ਫਿਰ ਕਿਹੜੇ ਤਾਸੁਰਾਤ ਹੋਣਗੇ ਦੋਸਤੋ। ਦੇਖੋ ਤੁਸੀਂ ਕਿਤਨੇ ਮਸਾਲੇ ਚਟਨੀਆਂ ਲਾ ਲੂ ਕੇ ਤਿਆਰ ਕਰਦਾ ਪਿਆ ਹਸਨ ਬਾਈ, ਆਪਣੀ ਇਸਲਾਮਾਬਾਦ ਦੀ ਸਾਰੀ ਦੀ ਸਾਰੀ ਮਿਹਨਤ ਖਿਲਾਰਦਾ ਪਿਆ। ਉਹਨਾਂ ਦੇ ਵੀ ਚੈੱਕ ਕਰਾਂਗੇ ਟੇਸਟ ਕੈਸਾ ਹੈ, ਉਸ ਤੋਂ ਬਾਅਦ ਉਹਨੇ ਪ੍ਰਾਈਸ ਕੀ ਹੈ ਉਹ ਵੀ ਚੈੱਕ ਕਰਾਂਗੇ, ਅਤੇ ਅਗਰ ਤੁਹਾਨੂੰ ਅੱਛੀ ਲੱਗੇ ਤੁਹਾਨੂੰ ਰਿਕਮੈਂਡ ਕਰਾਂਗੇ, ਅਦਰਵਾਈਜ਼ ਅਸੀਂ ਰਿਕਮੈਂਡ ਨਹੀਂ ਕਰਾਂਗੇ। ਆਲਮੋਸਟ ਚਨਾ ਚਾਟ ਹੁਣ ਤਿਆਰ ਹੋਣੇ ਵਾਲੀ ਆ, ਪਲੇਟ 'ਚ ਪੈਣ ਲੱਗੀ ਆ, ਤਾਂ ਹੁਣ ਉੱਤੇ ਰਾਇਤਾ ਸ਼ਾਇਤਾ ਲਾ ਕੇ ਫਿਰ ਅਸੀਂ ਖਾਵਾਂਗੇ ਅਤੇ ਮਜ਼ੇ ਲਵਾਂਗੇ। ਅੱਛਾ ਦੋਸਤੋ ਦੇਖਣ ਨੂੰ ਤਾਂ ਬੜੀ ਚਟਪਟੀ ਲੱਗਦੀ ਆ, ਕਿਉਂਕਿ ਮਸਾਲੇਦਾਰ ਹੀ ਇਤਨੇ ਹੁੰਦੇ ਆ ਇਹਦੇ ਅੰਦਰ, ਇਸ ਵਾਸਤੇ ਕਿ ਇਹਨੂੰ ਜਿਹੜਾ ਬੰਦਾ ਦੇਖਦਾ ਇੱਕ ਦਫ਼ਾ ਤਾਂ ਉਹਦੇ ਮੂੰਹ 'ਚ ਪਾਣੀ ਨਾ ਆਵੇ ਤਾਂ ਹੋ ਹੀ ਨਹੀਂ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਨਿੰਬੂ ਸ਼ਿੰਬੂ ਲਾ ਕੇ ਤੈਨੂੰ ਹੁਣ ਖਾਵਾਂਗੇ ਅਤੇ ਮਜ਼ੇ ਲਵਾਂਗੇ, ਦੇਖਦੇ ਹਾਂ ਕਿ ਹੁਣ ਇਹਦੇ ਖਾਣੇ ਦੇ ਤਾਸੁਰਾਤ ਕੀ ਹੁੰਦੇ ਆ। ਚਲੋ ਚੈੱਕ ਕਰਦੇ ਹਾਂ ਦੋਸਤੋ, ਹੁਣ ਸਾਡੇ ਕੋਲ ਤਿਆਰ ਹੋ ਗਿਆ ਹੈ ਚਨਾ ਚਾਟ। ਪ੍ਰਾਈਸ ਪੁੱਛਦੇ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਪੀਤਾ ਜੂਸ, ਜੂਸ ਦੀ ਪ੍ਰਾਈਸ ਕੀ ਹੈ? 120 ਹੈ, 120 ਰੁਪਏ ਕੇ। 120 ਸਾਰੇ ਜੂਸ, ਮਿਲਕ ਸ਼ੇਕ, ਬਨਾਨਾ ਹੋ ਜਾਏ, ਸੇਬ ਹੋ ਜਾਏ, ਸਾਰੇ ਨਹੀਂ, ਡਿਫਰੈਂਟ ਰੇਟ ਵੀ ਹੈ। ਡਿਫਰੈਂਟ ਡਿਫਰੈਂਟ ਪਾਈਨਐਪਲ 200 ਕੇ, ਕੇਲਾ ਖਜੂਰ ਮਾ, ਡਿਫਰੈਂਟ ਹੋਰ ਵੀ ਆ ਜਾਂਦੇ ਹਨ। ਠੀਕ ਹੈ, ਬਰਗਰ ਦਾ ਕੀ ਹੈ ਪ੍ਰਾਈਸ? ਬਰਗਰ ਵੀ 120 ਕਾ ਹੈ ਭਾਈ, ਜ਼ਿਆਦਾਤਰ ਚੀਜ਼ਾਂ 120 ਮੇਂ ਹੀ ਆਤੀ ਹੈ। ਔਰ ਫਰੂਟ ਚਾਟ, ਚਨਾ ਚਾਟ, ਦਹੀਂ ਭੱਲੇ, ਜੋ ਫਰੂਟ ਚਾਟ, ਕ੍ਰੀਮ ਫਰੂਟ ਚਾਟ ਹੈ ਉਹ 150 ਕੇ ਆ ਜਾਂਦੇ ਹੈ, ਬਾਕੀ ਦਹੀਂ ਭੱਲੇ, ਚਨਾ ਚਾਟ ਇਹ ਸਭ। ਹੁਣ ਅਸੀਂ ਚੱਲਦੇ ਹਾਂ ਤੀਸਰੀ ਰੈਸਿਪੀ ਦੀ ਤਰਫ, ਦਹੀਂ ਭੱਲੇ। ਦਹੀਂ ਭੱਲੇ ਕਿਸ ਤਰ੍ਹਾਂ ਬਣਾਏ ਉਹ ਦੇਖਦੇ ਹਾਂ ਕਿ ਹਸਨ ਬਾਈ ਦਹੀਂ ਭੱਲੇ ਕਿਸ ਤਰ੍ਹਾਂ ਬਣਾਉਂਦੇ। ਇਹ ਵੀ ਮਸਾਲੇ ਮਸੂਲੇ ਲਾ ਕੇ ਦਹੀਂ ਭੱਲੇ ਤਿਆਰ ਕਰਦੇ ਪਏ ਆ। ਓਏ ਹੋਏ ਹੋਏ ਹੋਏ, ਚਟਣੀਆਂ ਚਟਣੀਆਂ ਅਤੇ ਫਿਰ ਦਹੀਂ ਵਾਲੀ ਚਟਣੀ ਅਤੇ ਮਿੱਠੀ ਚਟਣੀ ਪਾ ਕੇ ਦਹੀਂ ਮਿਕਸ ਕਰਕੇ ਦਹੀਂ ਭੱਲੇ ਰੈਡੀ ਹੋ ਗਏ। ਹੁਣ ਸਾਡੇ ਦਹੀਂ ਭੱਲੇ ਵੀ ਰੈਡੀ ਹੋ ਗਏ ਅਤੇ ਫਿਰ ਹੁਣ ਅਸੀਂ ਸਾਰੀਆਂ ਆਈਟਮਾਂ ਚੈੱਕ ਕਰਾਂਗੇ ਕਿ ਕਿਸ ਤਰ੍ਹਾਂ ਦਾ ਟੇਸਟ ਹੈ। ਅੱਛਾ ਦੋਸਤੋ, ਕਾਦਰੀਆ ਟੇਸਟ ਪੁਆਇੰਟ 'ਤੇ ਆਇਆ ਸੀ ਨਾ ਮੈਂ, ਇਹ ਮੇਰੇ ਬੇਸਿਕਲੀ ਦੋਸਤ ਵੀ ਹੈ, ਕਿਉਂਕਿ ਗਨੀ ਹੋਸਟਲ ਦੇ ਬਿਲਕੁਲ ਸਾਹਮਣੇ ਇਹਨਾਂ ਦਾ ਹੈ ਪੁਆਇੰਟ। ਇਹ ਹਸਨ ਬਾਈ ਹੈ, ਇਹ ਜਿਹੜਾ ਚਿਕਨਾ ਜਿਹਾ ਮੁੰਡਾ ਹੈ ਨਾ, ਇਹ ਹਸਨ ਹੈ, ਇਹ ਬੜਾ ਮਾਹਿਰ ਹੈ। ਔਰ ਇਹ ਤੁਹਾਡਾ ਨਾਮ ਕੀ ਹੈ? ਇਹ ਅਸੀਮ ਬਾਈ ਹੈ। ਔਰ ਇਹ ਮੇਰੀ ਇਹ ਜਾਨ ਹੈ। ਔਰ ਮਜ਼ੇ ਵਾਲੀ ਗੱਲ ਹੈ, ਜਿਹੜਾ ਇਹ ਹੈ ਨਾ, ਇਹ ਬੰਦਾ ਹੈ, ਇਹ ਦੁਬਈ ਤੋਂ ਕੰਮ ਸਿੱਖ ਕੇ ਆਇਆ ਹੈ ਇਸੀ ਕੈਟਾਗਰੀ ਦਾ। ਔਰ ਇਹ ਜਿਹੜਾ ਹਸਨ ਹੈ ਇਹ ਇਸਲਾਮਾਬਾਦ ਤੋਂ ਸਿੱਖਿਆ, ਇਸੇ ਤਰ੍ਹਾਂ ਇਸਲਾਮਾਬਾਦ ਸਹੀ ਹੈ ਜਾਂ ਗੁਰਬਾਦ? ਠੀਕ ਹੈ, ਗੁਰਬਾਦ ਬੇਸਿਕਲੀ ਘਰ ਹੈ ਆਪਣਾ, ਸਹੀ ਹੈ, ਇਸਲਾਮਾਬਾਦ ਨੇ ਸਹੀ, ਇਸਲਾਮਾਬਾਦ ਖਰਚੇ ਬਹੁਤ ਹੈ, ਕੰਮ ਸਹੀ ਹੈ ਲੇਕਿਨ ਖਰਚੇ ਬਹੁਤ। ਹੁਣ ਚੱਲਦੇ ਹਾਂ ਦੋਸਤੋ ਫਰੂਟ ਚਾਟ ਦੀ ਤਰਫ, ਜਿਹੜਾ ਕਿ ਮੇਰਾ ਬਹੁਤ ਹੀ ਸਭ ਤੋਂ ਫੇਵਰੇਟ ਹੈ ਫਰੂਟ ਚਾਟ, ਬਾਕੀ ਵੀ ਹੈ ਲੇਕਿਨ ਇਹ ਬਹੁਤ ਹੀ ਮੇਰਾ ਫੇਵਰੇਟ ਹੈ ਫਰੂਟ ਚਾਟ।
ਇਹ ਚੈੱਕ ਕਰਦੇ ਹਾਂ ਕਿ ਇਹ ਹਸਨ ਦਾ ਬਾਈ ਹੁਸੈਨ ਬਣਾਉਂਦਾ ਪਿਆ ਵਾ ਫਰੂਟ ਚਾਟ ਰੈਡੀ ਹੋਣੇ ਆਲਾ ਹੀ ਆ ਉੱਤੇ ਫਰੂਟ ਲਾ ਲੂ ਕੇ ਫਰੂਟ ਪਾ ਕੇ ਮਸਾਲੇ ਮਸੂਲੇ ਪਾ ਕੇ ਰੈਡੀ ਕਰਨਗੇ ਹੁਣ ਹਸਨ ਬਾਈ ਇਹ ਦੇਖਦੇ ਹਾਂ ਕਿ ਹਸਨ ਬਾਈ ਫਰੂਟ ਚਾਟ ਅੱਛਾ ਤਿਆਰ ਕਰਦੇ ਜਾਂ ਫਿਰ ਹਸਨ ਬਚਾ ਕਰਦੇ ਆ ਹੁਣ ਚੈੱਕ ਕਰਦੇ ਹਾਂ ਕਿ ਤਿਆਰ ਹੋ ਗਿਆ ਆਲਮੋਸਟ ਚੋਕਲੇਟ ਮਿੱਠੀ ਦਿਖ अच्छा दोस्तों इतने आना साढ़े ब्लॉग का एंड अगर तुम्हें वीडियो अच्छी लगी लाइक करना सब्सक्राइब करना तो बैल आइकन पर थोड़ा जहा क्लिक कर देना ताकि हर आने वाले साढ़ा न्यू ब्लॉग तरना ईजीली पहुँच सके इतने अपने गली डिलो इजाजत दो अपने दुआ याद रखना अल्लाह हाफिज़।